ਹਾਂਜੀ, ਵੈਲਕਮ ਹੈ ਜੀ ਆਪ ਸਭ ਦਾ ਪੰਜਾਬੀ ਅਮੀਸ਼ੀ ਚੈਨਲ ਦੇ ਉੱਤੇ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਜੀ 13 ਤਰੀਕ ਦੀਆਂ ਨਵੀਆਂ ਤਾਜ਼ੀਆਂ ਖਬਰਾਂ, ਅਤੇ ਸ਼ੁਰੂ ਕਰਦੇ ਹਾਂ ਜੀ ਕੁਝ ਖਾਸ ਖਬਰਾਂ। ਵੀਡੀਓ ਨੂੰ ਐਂਡ ਤੱਕ ਪੂਰੀ ਜ਼ਰੂਰ ਸੁਣਿਆ ਕਰੋ ਤਾਂ ਕਿ ਤੁਹਾਨੂੰ ਅੱਜ ਦੀਆਂ ਨਵੀਆਂ ਸਾਰੀਆਂ ਅਪਡੇਟ ਪਤਾ ਲੱਗ ਜਾ ਕਰਨ। ਜਿਹੜੇ ਹਰ ਰੋਜ਼ ਆਪਣਾ ਸਮਾਂ ਕੱਢ ਕੇ ਖਬਰਾਂ ਸੁਣਦੇ ਆ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅਤੇ ਬਹੁਤ ਬਹੁਤ ਧੰਨਵਾਦ। ਸ਼ੁਰੂ ਕਰਦੇ ਹਾਂ ਜੀ ਅੱਜ ਦੀਆਂ ਕੁਝ ਖਬਰਾਂ। ਅੱਜ ਦੀ ਪਹਿਲੀ ਖਬਰ ਆ ਰਹੀ ਹੈਗੀ ਹੈ ਜੀ, ਇਟਲੀ ਵਿੱਚ ਜਿਹੜੀ G7 ਦੀ ਮੀਟਿੰਗ ਹੈ ਉਹ ਸਟਾਰਟ ਹੋ ਚੁੱਕੀ ਹੈ, ਅਤੇ G7 ਦੇ ਜਿਹੜਾ ਸਮਿਟ ਹੋ ਰਿਹਾ ਆ 2024 ਦਾ, ਇਹ ਇਟਲੀ ਕਰਾ ਰਹੇ ਦਾ ਕਿ ਤੁਹਾਨੂੰ ਆਪਾਂ ਦੱਸਿਆ, ਅਤੇ ਇਹਦੇ ਵਿੱਚ ਵੱਡੇ ਲੀਡਰ ਵਰਲਡ ਦੇ ਪਹੁੰਚੇ ਆ। ਅਤੇ ਅੱਜ ਤੋਂ ਇਹ ਮੀਟਿੰਗ ਜਿਹੜੀ ਆ ਸ਼ੁਰੂ ਹੈ ਇਹਨਾਂ ਦੀ, ਅਤੇ ਹਰ ਸਾਲ ਕਿਸੇ ਵੱਖਰੀ ਵੱਖਰੀ ਕੰਟਰੀਆਂ ਦੇ ਵਿੱਚ ਕਰਾਇਆ ਜਾਂਦਾ ਇਹ ਸਮਿਟ, ਅਤੇ ਐਤਕੀ G7 ਦਾ ਜਿਹੜਾ ਨੰਬਰ ਆ ਇਟਲੀ ਵਿੱਚ ਆਇਆ। ਇਹਦੇ ਵਿੱਚ ਤੁਹਾਨੂੰ ਦੱਸ ਦਈਏ ਜੀ, ਪ੍ਰੈਜ਼ੀਡੈਂਟ ਜਿਹੜੇ USA ਦੇ ਆ ਬਾਇਦਨ, ਉਹ ਵੀ ਪਹੁੰਚੇ ਆ, ਜਪਾਨ ਦੇ ਪ੍ਰੈਜ਼ੀਡੈਂਟ ਪਹੁੰਚੇ ਆ, UK ਦੇ ਪ੍ਰੀਮੀਅਰ ਪਹੁੰਚੇ ਆ, ਕੈਨੇਡਾ ਦੇ ਪ੍ਰੀਮੀਅਰ ਪਹੁੰਚੇ ਆ, ਫਰਾਂਸ ਦੇ ਆਏ ਆ, ਜਰਮਨੀ ਤੋਂ ਆਏ ਆ, ਨਾਲ ਯੂਰਪੀਅਨ ਯੂਨੀਅਨ ਦੇ ਜਿਹੜੇ ਕਮਿਸ਼ਨਰ ਵੋਨ ਦੇ ਲੇਨ ਉਹ ਵੀ ਇੱਥੇ ਪਹੁੰਚੇ ਆ। ਅਤੇ ਅਗਲੇ ਤਕਰੀਬਨ 3 ਦਿਨ ਦੇ ਵਾਸਤੇ ਜਿਹੜੇ ਆ ਜੀ ਇਹ ਸਾਰੇ ਜਿੰਨੇ ਵੀ ਲੀਡਰ ਪਹੁੰਚੇ ਆ, ਜਰਮਨੀ, ਫਰਾਂਸ, ਕੈਨੇਡਾ, USA, ਜਪਾਨ, UK ਤੋਂ, ਇਹ ਪੂਲੀਆ ਦੇ ਵਿੱਚ ਰਹਿਣਗੇ। ਸੋ ਇਟਲੀ ਨੇ ਪੂਲੀਆ ਇਲਾਕਾ ਚੁਣਿਆ ਇਹ ਸਬਮਿਟ ਕਰਾਉਣ ਦੇ ਵਾਸਤੇ, ਕਿਉਂਕਿ ਪੂਲੀਆ ਕਾਫੀ ਸੋਹਣਾ ਇਲਾਕਾ ਇਟਲੀ ਦਾ। ਅਤੇ ਇਹਨਾਂ ਦੇ ਨਾਲ ਨਾਲ ਜਿਹੜੇ ਯੂਰਪ ਦੇ ਕਮਿਸ਼ਨਰ ਵੱਡੇ ਵੋਨ ਦੇ ਲੇਨ ਉਹ ਵੀ ਪਹੁੰਚੇ ਆ, ਅਤੇ ਨਾਲ ਜਿਹੜੇ ਪ੍ਰੈਜੀਡੈਂਟ ਦੇ ਦਿਲ ਕੁੰਸੀਲੀਓ ਆ ਯੂਰਪ ਦੇ, ਚਾਰਲਸ ਮਾਈਕਲ, ਉਹ ਵੀ ਪਹੁੰਚੇ ਆ, ਪਲੱਸ ਜਿਹੜੇ ਇਟਲੀ ਦੇ ਪ੍ਰੈਜੀਡੈਂਟ ਹੈ ਮੱਤਾਰੇਲਾ, ਉਹ ਵੀ ਪਹੁੰਚੇ ਹੋਏ ਆ। ਸੋ ਇਹਦੇ ਵਿੱਚ ਜਿਹੜੀ ਮੀਟਿੰਗ ਦੀ ਜਿਹੜੀ ਮੇਨ ਹੈਗੀ ਹੈ, ਕਹਿ ਸਕਦੇ ਆਪਾਂ, ਜਿਸ ਚਰਚਾ ਕੀਤੀ ਗਈ ਆ ਉਹ ਹੈਗੀ ਆ ਇਮੀਗ੍ਰੇਸ਼ਨ ਦੇ ਉੱਤੇ। ਇਮੀਗ੍ਰੇਸ਼ਨ ਦੇ ਉੱਤੇ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਇਸ ਵਕਤ ਉਹ ਹੈਗੀ ਆ ਅਫਰੀਕਾ ਤੋਂ ਜਿਹੜੇ ਇਲੀਗਲ ਲੋਕ ਆਉਂਦੇ ਆ, ਅਤੇ ਲਗਾਤਾਰ ਤੁਹਾਨੂੰ ਅਸੀਂ ਖਬਰਾਂ ਦੱਸੀ ਦੀਆਂ ਆ, ਲੋਕਾਂ ਦੀ ਜਾਨ ਚਲੇ ਜਾਂਦੀ ਹੈ ਡੁੱਬਣ ਦੇ ਚੱਲਦੇ ਆ, ਅਤੇ ਜਿਨ੍ਹਾਂ ਦੇ ਚੱਲਦੇ ਆ ਕਾਫੀ ਲੋਕ ਹਰ ਸਾਲ ਮਰਦੇ ਆ ਇਸ ਦੀ ਵਜ੍ਹਾ ਦੇ ਨਾਲ। ਅਤੇ ਇਹ ਇੱਕ ਇਕੱਲੇ ਇਟਲੀ ਦੀ ਪ੍ਰੋਬਲਮ ਨਹੀਂ ਹੈਗੀ, ਇਹ ਪੂਰੇ ਵਰਲਡ ਦੀ ਪ੍ਰੋਬਲਮ ਹੈ, ਇੱਕ ਪੂਰੇ ਯੂਰਪ ਕੰਟੀਨੈਂਟ ਦੀ ਪ੍ਰੋਬਲਮ ਹੈ, ਅਤੇ ਅਫਰੀਕਾ ਕੰਟੀਨੈਂਟ ਦੀ ਪ੍ਰੋਬਲਮ ਹੈ, ਅਤੇ USA ਵੀ ਇਹਦੇ ਵਿੱਚ ਸ਼ਾਮਲ ਹੈ। ਅਤੇ ਇਸ ਦੇ ਉੱਤੇ ਅੱਜ ਚਰਚਾ ਹੋਈ ਹੈ, ਮੀਟਿੰਗ ਹੋਈ ਇਹਨਾਂ ਦੀ, ਅਤੇ ਇਹਦੇ ਉੱਤੇ ਕੁਝ ਗੱਲਬਾਤ ਕੀਤੀ ਗਈ ਆ। ਉਸ ਤੋਂ ਬਾਅਦ ਜਿਹੜੇ ਜ਼ੈਲੈਂਸਕੀ ਆ ਯੂਕਰਾਇਨ ਦੇ ਪ੍ਰੈਜ਼ੀਡੈਂਟ ਆ, ਉਹਨਾਂ ਨੂੰ ਵੀ ਸੱਦਿਆ ਗਿਆ ਇਸ ਦੇ ਉੱਤੇ, ਅਤੇ ਉਹ ਵੀ ਇੱਥੇ ਆਏ ਆ, ਅਤੇ ਉਹ ਵੀ ਇਹਨਾਂ ਦੇ ਨਾਲ ਮੀਟਿੰਗ ਦੇ ਵਿੱਚ ਸ਼ਾਮਲ ਆ। ਬਾਕੀ ਲਗਾਤਾਰ ਮੀਟਿੰਗਾਂ ਹੋ ਰਹੀਆਂ ਆ, ਅਤੇ ਲਗਾਤਾਰ ਇਹ ਵੱਖਰੇ ਵੱਖਰੇ ਵਿਸ਼ੇ ਦੇ ਉੱਤੇ ਮੀਟਿੰਗਾਂ ਕਰਨਗੇ, ਅਤੇ ਸ਼ਨੀਵਾਰ ਸਵੇਰ ਨੂੰ ਜਿਹੜਾ ਆ ਫਾਈਨਲ ਡਾਕੂਮੈਂਟ ਆ ਉਸ ਦੇ ਉੱਤੇ ਚਰਚਾ ਕੀਤੀ ਜਾਣੀ ਆ। ਸੋ ਇਟਲੀ ਦੇ ਵਾਸਤੇ ਵੀ ਵੱਡੀ ਗੱਲ ਹੈ, ਕਿਉਂਕਿ ਸਾਰੇ ਵਰਲਡ ਦੇ ਜਿਹੜੇ ਵੱਡੇ ਲੀਡਰ ਇੱਥੇ ਪਹੁੰਚੇ ਹੋਏ ਆ, ਅਤੇ 3 ਦਿਨ ਦੇ ਵਾਸਤੇ ਇਟਲੀ ਰਹਿਣਗੇ, ਜਿਹਦੇ ਚੱਲਦੇ ਇਟਲੀ ਦੀ ਜਿਹੜੀ ਸਿਕਿਉਰਿਟੀ ਹੈ ਕਾਫੀ ਜ਼ਿਆਦਾ ਟਾਈਟ ਕੀਤੀ ਗਈ ਆ, ਕਿਉਂਕਿ USA ਦੇ ਪ੍ਰੈਜ਼ੀਡੈਂਟ ਇੱਥੇ ਪਹੁੰਚੇ ਆ, ਫਰਾਂਸ ਦੇ, ਜਰਮਨੀ ਦੇ, UK ਦੇ, ਇਹਨਾਂ ਚੱਲਦਿਆਂ ਸਿਕਿਉਰਿਟੀ, ਇਟਲੀ ਦੇ ਜਿਹੜੇ ਬਾਰਡਰ ਆ, ਬਾਰਡਰ ਵੀ ਬੰਦ ਕੀਤੇ ਗਏ ਆ, ਅਤੇ ਬਾਰਡਰ ਦੇ ਉੱਤੇ ਕੰਟਰੋਲ ਕਾਫੀ ਜ਼ਿਆਦਾ ਕੀਤਾ ਜਾ ਰਿਹਾ ਇਹਨਾਂ ਦਿਨਾਂ ਦੇ ਉੱਤੇ, ਕਿਉਂਕਿ ਕੋਈ ਵੀ ਐਸੀ ਘਟਨਾ ਇਟਲੀ ਵਿੱਚ ਨਾ ਵਾਪਰ ਸਕੇ, ਕੋਈ ਟੈਰਿਸਟ ਅਟੈਕ, ਕੋਈ ਇੱਦਾਂ ਦੀ ਘਟਨਾ ਨਾ ਹੋ ਸਕੇ। ਸੋ ਇਹ ਤਾਂ ਹੈਗੀ ਆ ਜਿਹੜਾ G7 ਆ ਇਸ ਦੇ ਉੱਤੇ ਜੋ ਵੀ ਖਬਰਾਂ ਅੱਜ ਦੀਆਂ, ਬਾਕੀ ਇਹਦੀ ਅਪਡੇਟ ਜਿਹੜੀ ਹੌਲੀ ਹੌਲੀ ਨਿਕਲ ਕੇ ਸਾਹਮਣੇ ਆਵੇਗੀ ਵੀ ਕੀ ਕੀ ਗੱਲਬਾਤ ਹੋ ਰਹੀ ਆ। ਫਿਲਹਾਲ ਅੱਜ ਤਾਂ ਰਾਤ ਜਿਹੜੀ ਹੈ ਇਹਨਾਂ ਨੂੰ ਘੁਮਾਇਆ ਫਿਰਾਇਆ ਜਾਵੇਗਾ, ਕਾਫੀ ਹੋਰ ਪ੍ਰੋਗਰਾਮ ਵੀ ਉੱਥੇ ਆਯੋਜਿਤ ਕੀਤੇ ਗਏ ਆ, ਤੁਹਾਨੂੰ TV ਉੱਤੇ ਇਸ ਦਾ ਲਾਈਵ ਵੀ ਦੇਖਣ ਨੂੰ ਮਿਲੇਗਾ, ਤੁਸੀਂ ਜੇਕਰ ਤੁਹਾਡੇ ਇਟਾਲੀਅਨ TV ਚੱਲਦਾ ਤਾਂ ਤੁਸੀਂ ਉਸ ਦੇ ਉੱਤੇ ਦੇਖ ਸਕਦੇ ਆ, ਰਾਏ ਜਾਂ ਕੋਈ TG.com ਜਿਹੜੇ ਚੈਨਲ ਆ ਇਹਨਾਂ ਦੇ ਉੱਤੇ ਤੁਸੀਂ ਦੇਖ ਸਕਦੇ ਆ। ਅਤੇ ਇਸ ਵਕਤ ਪੂਰੀ ਦੁਨੀਆ ਦੀ ਜਿਹੜੀ ਨਿਗਾਹ ਆ ਉਹ ਇਟਲੀ ਦੇ ਉੱਤੇ ਆ, ਕਿਉਂਕਿ ਜਿੰਨੇ ਵੀ ਦੁਨੀਆ ਦੇ ਵੱਡੇ ਲੀਡਰ ਆ ਸਾਰੇ ਇਸ ਵਕਤ ਇਟਲੀ ਦੇ ਵਿੱਚ ਆ ਕੇ ਬੈਠੇ ਆ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਆ ਜੀ ਮੌਸਮ ਨੂੰ ਲੈ ਕੇ। ਮੌਸਮ ਦਾ ਅੱਜ ਜਿੱਦਾਂ ਕਿ ਤੁਹਾਨੂੰ ਦੱਸਿਆ ਸੀਗਾ ਕੱਲ੍ਹ ਵਾਲੀ ਵੀਡੀਓ ਵਿੱਚ ਵੀ ਵੈਦਰ ਦਾ ਅਲਰਟ ਜਾਰੀ ਹੈ, ਅਤੇ ਇਹ ਵੈਦਰ ਨੇ ਅੱਜ ਕਾਫੀ ਨੁਕਸਾਨ ਕੀਤਾ। ਇਹ ਰਾਤ ਜਿਹੜਾ ਮੀਂਹ ਪਿਆ ਆ, ਤੂਫਾਨ ਆਇਆ ਆ, ਮਾਰਕੇ ਇਲਾਕੇ ਦੇ ਵਿੱਚ ਬਹੁਤ ਤੇਜ਼ ਤੂਫਾਨ ਆਇਆ ਅਤੇ ਕਾਫੀ ਜ਼ਿਆਦਾ ਗੜੇ ਪਏ ਆ, ਅਤੇ ਇੰਨੇ ਜ਼ਿਆਦਾ ਗੜੇ ਪਏ ਆ ਜੀ, ਇੱਦਾਂ ਲੱਗ ਰਿਹਾ ਸੀਗਾ ਸੜਕਾਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਬਰਫ਼ ਪਈ ਹੁੰਦੀ ਆ, ਅਤੇ ਇੰਨੇ ਜ਼ਿਆਦਾ ਮਾਤਰਾ ਦੇ ਵਿੱਚ ਗੜੇ ਪਏ ਆ ਮਾਰਕੇ 'ਚ। ਅਤੇ ਇਹ ਜਿਹੜੇ ਗੜੇ ਪਏ ਆ ਇਹ ਤਾਂ ਅੱਜ ਹੀ ਪਏ ਆ, ਅੱਜ ਦੁਪਹਿਰੇ ਤਕਰੀਬਨ 2:30 ਵਜੇ ਦਾ ਟਾਈਮ ਸੀਗਾ,
ਪਏ ਤਾਂ ਵੈਸੇ ਤਕਰੀਬਨ 10-15 ਮਿੰਟ ਹੈ, ਪਰ ਉਹਦੇ ਨਾਲ ਡੈਮੇਜ ਬਹੁਤ ਹੋਇਆ, ਖਾਸ ਕਰਕੇ ਜਿਹੜੀਆਂ ਕਾਰਾਂ ਸੀਗੀਆਂ ਉਹਨਾਂ ਦਾ ਕਾਫੀ ਡੈਮੇਜ ਕੀਤਾ ਇਸਨੇ। ਅਤੇ 10 ਮਿੰਟ ਦੇ ਵਿੱਚ ਹੀ ਇੰਨੇ ਜ਼ਿਆਦਾ ਗੜੇ ਪਏ ਆ, ਅਤੇ ਜਿਹੜੀਆਂ ਸੜਕਾਂ ਸੀਗੀਆਂ ਸੜਕਾਂ ਬਲੌਕ ਕਰ ਦਿੱਤੀਆਂ ਗਈਆਂ ਇਹਨਾਂ ਦੇ ਚੱਲਦਿਆਂ। ਅਤੇ ਜਿਸ ਟਾਈਮ ਜਿੱਦਾਂ ਹੜ੍ਹ ਆਏ ਹੁੰਦੇ ਉਸ ਦੇ ਹਾਲਾਤ ਬਣ ਗਏ ਸੀ। ਬਾਕੀ ਜਿਹੜੇ ਹਾਈਵੇ ਆ ਏਕਵਾਤੋਰ ਦੀ ਚੀ ਲੰਘਦਾ A14, ਉਹਦੇ ਉੱਤੇ ਵੀ ਕਾਫੀ ਜ਼ਿਆਦਾ ਸਪੀਡ ਦੇ ਸਲੋਅ ਗੱਡੀਆਂ ਗਈਆਂ। ਅਤੇ ਉਸ ਇਲਾਕੇ ਦੇ ਵਿੱਚ ਐਮਰਜੈਂਸੀ ਜਿਹੜੀ ਆ ਇੱਕ ਐਮਰਜੈਂਸੀ ਇੱਕ ਵਾਰਨਿੰਗ ਜਾਰੀ ਕੀਤੀ ਗਈ ਸੀ। ਉਹ ਕਹੇ ਸੀਗੇ ਵੀ ਜਿਹੜੇ ਸਾਡੇ ਮੀਂਹ ਪਿਆ ਆ ਮਾਰਕੇ ਦੇ ਵਿੱਚ, ਇਹ ਬਹੁਤ ਜ਼ਿਆਦਾ ਵਾਇਲੈਂਟ ਮੀਂਹ ਪਿਆ ਆ। ਅਤੇ ਉਹਨਾਂ ਨੇ ਕਿਹਾ ਵੀ ਜੇਕਰ ਲੋਕ ਆਪਣੇ ਇਸ ਵਕਤ ਘਰਾਂ ਦੇ ਵਿੱਚ ਆ, ਤਾਂ ਇਸ ਤੂਫਾਨ ਤੋਂ ਪਹਿਲਾਂ, ਤੂਫਾਨ ਆਉਣ ਤੋਂ ਪਹਿਲਾਂ ਇਹ ਵਾਰਨਿੰਗ ਜਾਰੀ ਕੀਤੀ ਗਈ ਸੀ ਇਹਨਾਂ ਦੇ ਵੱਲੋਂ ਲੋਕਲ ਲੈਵਲ ਦੇ ਉੱਤੇ ਵੀ ਘਰੋਂ ਬਾਹਰ ਕੋਸ਼ਿਸ਼ ਕਰੋ ਨਾ ਨਿਕਲਣ ਦੀ, ਕਿਉਂਕਿ ਇਹ ਤੂਫਾਨ ਜਿਹੜਾ ਹੈ ਕਾਫੀ ਤੇਜ਼ ਆਉਣ ਵਾਲਾ ਆ। ਅਤੇ ਜਿੰਨੇ ਗੜੇ ਅੱਜ ਪਏ ਆ ਜੀ ਇੱਥੇ, ਉਹ ਕਹਿ ਰਹੇ ਵੀ ਇੰਨੇ ਜ਼ਿਆਦਾ ਗੜੇ ਅਸੀਂ ਅੱਜ ਤੱਕ ਦੀ ਜ਼ਿੰਦਗੀ ਵਿੱਚ ਨਹੀਂ ਦੇਖੇ ਜਿੰਨੇ ਹੁਣ ਪਏ ਆ। ਜਿਹਨਾਂ ਚੱਲਦਿਆਂ ਕਾਰਾਂ ਦਾ ਵੀ ਨੁਕਸਾਨ ਹੋਇਆ, ਹੋਰ ਕਾਫੀ ਨੁਕਸਾਨ ਹੋ ਗਿਆ। ਬਾਕੀ ਇਸ ਤੋਂ ਇਲਾਵਾ ਕੱਲ੍ਹ ਨੂੰ 14 ਤਰੀਕ ਹੈ, ਅਤੇ 14 ਦੇ ਵਾਸਤੇ ਵੀ ਜਿਹੜਾ ਮੌਸਮ ਦਾ ਅਲਰਟ ਖਾਸ ਕਰ ਵਿਨਤੂ ਸਟੇਟ ਦੇ ਵਿੱਚ ਜਾਰੀ ਕੀਤਾ ਗਿਆ ਆ। ਵਿਨਤੂ ਵਿੱਚ ਕੱਲ੍ਹ ਨੂੰ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਬਣੀ ਹੋਈ ਆ, ਬਾਕੀ ਇਟਲੀ ਵਿੱਚ ਕੱਲ੍ਹ ਨੂੰ ਮੌਸਮ ਠੀਕ ਹੈ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਆ ਜੀ, ਇੱਕ ਘਟਨਾ ਵਾਪਰ ਗਈ ਰਾਤ। ਇਹ ਘਟਨਾ ਜਿਹੜੀ ਹੈ, ਇੱਕ ਦੱਸਿਆ ਜਾ ਰਿਹਾ ਵੀ ਘਰ ਦੀ ਇੱਕ ਲੜਾਈ ਹੋ ਗਈ ਇਹਨਾਂ ਦੇ ਵਿੱਚ ਆਪਸ ਦੇ ਵਿੱਚ, ਰਾਗੂਸਾਨੂ ਇਲਾਕਾ ਲੱਗਦਾ ਆ, ਜਿਹਦੇ ਵਿੱਚ ਇੱਕ ਬੰਦੇ ਵੱਲੋਂ ਕੀ ਕੀਤਾ ਗਿਆ ਜੀ, ਆਪਣੇ ਘਰ ਦੇ ਵਿੱਚ ਜਿਸ ਵਕਤ ਬੈਠੇ ਸੀਗੇ ਫੈਮਿਲੀ ਦੇ ਨਾਲ, ਅਤੇ ਆਪਣੇ ਹੀ ਰਿਸ਼ਤੇਦਾਰਾਂ ਦੇ ਨਾਲ ਕੋਈ ਉਹਨਾਂ ਦੀ ਲੜਾਈ ਹੋ ਗਈ ਕਿਸੇ ਤਰੀਕੇ ਦੇ ਨਾਲ। ਅਤੇ ਇਸ ਬੰਦੇ ਵੱਲੋਂ ਕੀ ਕੀਤਾ ਗਿਆ ਜੀ, ਇਸ ਦੇ ਵੱਲੋਂ ਘਰ ਨੂੰ ਅੱਗ ਲਗਾ ਦਿੱਤੀ ਗਈ। ਇਸ ਟਾਈਮ ਅੰਦਰ ਬੈਠੇ ਸੀ ਸਾਰੇ, ਸਾਰਾ ਕੁਝ ਡੈਮੇਜ ਕਰ ਦਿੱਤਾ ਗਿਆ ਪੂਰਾ ਦਾ ਪੂਰਾ ਘਰ। ਇਹਦੇ ਵਿੱਚ ਦੱਸਦੀ ਹੈ ਜੀ, ਉਹਨਾਂ ਦੀ ਜਿਹੜੀ 55 ਸਾਲ ਦੀ ਮਾਂ ਸੀ, ਮਾਰੀਅਮ ਸਾਸੀ ਨਾਮ ਸੀਗਾ ਉਹਨਾਂ ਦਾ, ਉਹਨਾਂ ਦੀ ਮੌਤ ਹੋ ਗਈ ਇਸ ਦੇ ਵਿੱਚ। ਇਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਹਸਬੈਂਡ ਸੀਗੇ, ਉਹਨਾਂ ਦੇ ਵੀ ਜਲਨ ਦੇ ਚੱਲਦਿਆਂ ਕਾਫੀ ਨੁਕਸਾਨ ਹੋ ਗਿਆ। ਇਹ ਟੁਨੀਜ਼ੀਆ ਦੀ ਫੈਮਿਲੀ ਸੀਗੀ ਜੀ, ਅਤੇ ਦੋ ਲੜਕੀਆਂ ਵੀ ਸੀਗੀਆਂ ਘਰ ਦੇ ਵਿੱਚ, ਇੱਕ 19 ਸਾਲ ਦੀ ਅਤੇ ਇੱਕ 34 ਸਾਲ ਦੀ। ਉਹਨਾਂ ਦੇ ਵੀ ਅੱਗ ਜਲਨ ਦੇ ਚੱਲਦਿਆਂ ਕਾਫੀ ਨੁਕਸਾਨ ਹੋਇਆ। ਅਤੇ ਪਹਿਲਾਂ ਤਾਂ ਇਹ ਜਿਹੜਾ ਲੜਕਾ ਸੀਗਾ ਜੀ, ਘਰੋਂ ਲੜ ਕੇ ਚਲੇ ਗਿਆ, ਅਤੇ ਉਹ ਕਿਹਾ ਵੀ ਮੈਂ ਬਾਹਰ ਚੱਲਾਂ ਹਾਂ। ਅਤੇ ਜਿਸ ਵਕਤ ਬਾਹਰ ਗਿਆ ਹੈ, ਅਤੇ ਬਾਹਰ ਥੱਲਿਓਂ ਇਹਨੇ ਜਾ ਕੇ ਇੱਕ ਡੰਡਾ ਲਿਆ, ਡੰਡੇ ਦੇ ਉੱਤੇ ਇਹਨੇ ਐਸਾ ਜਿਹੜਾ ਹੁੰਦਾ ਆ ਅੱਗ ਲਾਉਣ ਵਾਲਾ ਮਟੀਰੀਅਲ ਪਾਇਆ, ਅਤੇ ਲਿਕੁਇਡ ਪਾ ਕੇ ਛਿੜਕ ਦਿੱਤਾ ਘਰ ਦੇ ਉੱਤੇ, ਅਤੇ ਅੱਗ ਲਗਾ ਤੀ ਘਰ ਨੂੰ। ਤਾਂ ਕਿ ਜਿਹੜੇ ਘਰ ਦੇ ਸੀਗੇ ਮੈਂਬਰ, ਉਹ ਸੋ ਰਹੇ ਸੀਗੇ, ਰਾਤ ਨੂੰ 2:30 ਵਜੇ ਦਾ ਟਾਈਮ ਸੀਗਾ ਜਿਸ ਵਕਤ ਇਹਨੇ ਇਹ ਕੰਮ ਕੀਤਾ। ਆਪ ਲੜਕਾ ਉੱਥੋਂ ਦੌੜ ਗਿਆ, ਅਤੇ ਦੌੜਨ ਤੋਂ ਬਾਅਦ ਇਸ ਜਿਹੜਾ ਪੁਲਿਸ ਨੂੰ ਸਵੇਰ ਨੂੰ ਫੜਿਆ ਆ, ਅਤੇ ਹੁਣ ਅਰੈਸਟ ਕੀਤਾ ਗਿਆ ਇਸ ਨੂੰ। ਅਤੇ ਇਸ ਅਜੀਬ ਘਟਨਾ ਜਿਹੜੀ ਹੋਈ ਹੈ, ਇਹਦੇ ਵਿੱਚ ਇਹਨਾਂ ਦੀ ਮਾਂ ਦੀ ਜਾਨ ਚਲੀ ਗਈ ਆ, ਆਪਣੀ ਹੀ ਫੈਮਿਲੀ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਦੇ ਵੱਲੋਂ, ਅਤੇ ਇਹਨੇ ਆਲਰੇਡੀ ਕਰ ਦਿੱਤੀ ਤਬਾਹ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਹੈ ਜੀ, ਜਿਹੜੀ ਇਟਲੀ ਦੀ ਇੱਕ ਏਅਰਲਾਈਨ ਹੈਗੀ ਆ, ਈਟਾ ਏਅਰਵੇ, ਈਟਾ ਅਤੇ ਲੁਫਤਾਨਸਾ, ਇਹ ਆਪਸ ਦੇ ਵਿੱਚ ਇਹਨਾਂ ਦਾ ਕਨੈਕਸ਼ਨ ਜੁੜਨ ਜਾ ਰਿਹਾ ਹੈ, ਕਿਉਂਕਿ ਈਟਾ ਜਿਹੜੀ ਏਅਰਵੇ ਆ, ਇਹਦੇ ਕੋਲ ਇਸ ਵਕਤ ਪੈਸਿਆਂ ਦੀ ਕਾਫੀ ਜ਼ਿਆਦਾ ਕਮੀ ਹੋ ਚੁੱਕੀ ਆ, ਅਤੇ ਏਅਰਲਾਈਨ ਇਹਨਾਂ ਦੀ ਘਾਟੇ ਦੇ ਵਿੱਚ ਚੱਲਦੀ ਪਈ ਆ। ਇਹਦੇ ਚੱਲਦਿਆਂ ਜਿਹੜੇ ਜਰਮਨ ਦੀ ਲੁਫਤਾਨਸਾ ਆ, ਲੁਫਤਾਨਸਾ ਵਾਲੇ ਹੁਣ ਤਿਆਰ ਹੋ ਚੁੱਕੇ, ਉਹ ਕਹਿ ਰਹੇ ਵੀ ਅਸੀਂ ਤੁਹਾਡੇ ਨਾਲ ਕੰਮ ਕਰਨ ਦੇ ਵਾਸਤੇ ਤਿਆਰ ਹਾਂ, ਅਤੇ ਅਸੀਂ ਇਨਵੈਸਟਮੈਂਟ ਕਰਾਂਗੇ। ਬਾਕੀ ਇਹਦੇ ਉੱਤੇ ਯੂਰੋਪੀਅਨ ਯੂਨੀਅਨ ਹੁਣ ਜਿਹੜਾ ਆ, ਇਸ ਦੇ ਉੱਤੇ ਫਾਈਲ ਵਗੈਰਾ ਤਿਆਰ ਕਰ ਰਿਹਾ ਆਪਣੀ, ਅਤੇ ਇਹਨਾਂ ਦੇ ਸਮਝੌਤਾ ਹੋ ਕੇ ਹੋ ਸਕਦਾ ਇਹ ਦੋ ਕੰਪਨੀਆਂ ਇਕੱਠੀਆਂ ਮਿਲ ਜਾਣ, ਅਤੇ ਫਿਰ ਲੁਫਤਾਨਸਾ ਹੀ ਕੰਮ ਸਾਂਭੇ ਇਟਾ ਦਾ ਵੀ। ਇਸ ਤੋਂ ਅਗਲੀ ਖਬਰ ਹੈਗੀ ਹੈ ਜੀ, UNHCR ਵੱਲੋਂ ਇਹਨਾਂ ਵੱਲੋਂ ਦੱਸਿਆ ਗਿਆ ਜੀ, ਇਸ ਵਕਤ ਦੁਨੀਆ ਦੇ ਵਿੱਚ 120 ਮਿਲੀਅਨ ਜਿਹੜੇ ਹੈ ਉਹ ਲੋਕ ਬੇਘਰ ਆ, ਪਰਫੂਗੀ ਆ, ਅਤੇ ਇਹਨਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਉਹ ਲੋਕ ਹੈ ਜਿਹੜੇ ਕਿ ਵੈਦਰ ਕੰਡੀਸ਼ਨ ਦੇ ਚੱਲਦਿਆਂ ਬੇਘਰ ਹੋ ਰਹੇ ਆ ਲੋਕ, ਯਾਨੀ ਕਿ 12 ਕਰੋੜ ਬੰਦਾ ਵੈਦਰ ਮੌਸਮ ਦੇ ਖਰਾਬ ਚੱਲਦਿਆਂ ਬੇਘਰ ਹੋ ਚੁੱਕਾ ਆ। ਹੁਣ ਇਹਦਾ ਇਹ ਮਤਲਬ ਇਹ ਆ ਵੀ ਜਿੱਦਾਂ ਕਿਸੇ ਇਲਾਕੇ ਦੇ ਵਿੱਚ ਪਹਿਲਾਂ ਲੋਕ ਸੀਗੇ, ਕਈਆਂ ਇਲਾਕਿਆਂ ਦੇ ਵਿੱਚ ਪਾਣੀ ਖਤਮ ਹੋ ਗਿਆ, ਹੁਣ ਜਿਹੜੇ ਇਲਾਕਿਆਂ ਵਿੱਚ ਪਾਣੀ ਖਤਮ ਹੋ ਗਿਆ ਹੈ ਉਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਲੋਕ ਰਹਿ ਰਹੇ ਸੀਗੇ,
ਉਹ ਉੱਥੋਂ ਹੋਰ ਪਾਸੇ ਮੂਵ ਹੋਣ ਦੀ ਕੋਸ਼ਿਸ਼ ਕਰ ਰਹੇ ਆ। ਕਈਆਂ ਇਲਾਕਿਆਂ ਦੇ ਵਿੱਚ ਮੌਸਮ ਖਰਾਬ ਰਹਿ ਰਿਹਾ ਕਾਫੀ ਜ਼ਿਆਦਾ, ਕਈਆਂ ਇਲਾਕਿਆਂ ਦੇ ਵਿੱਚ ਹੜ੍ਹਾਂ ਨੇ ਕਾਫੀ ਕੰਮ ਖਰਾਬ ਕੀਤੇ, ਘਰ ਬਰਬਾਦ ਕਰ ਦਿੱਤੇ। ਸੋ ਜਿਹੜੇ ਵੈਦਰ ਕੰਡੀਸ਼ਨਸ ਆ ਉਹਨਾਂ ਦੇ ਚੱਲਦੇ ਆ 12 ਕਰੋੜ ਬੰਦਾ ਬੇਘਰ ਹੋ ਚੁੱਕਾ ਦੁਨੀਆ ਦੇ ਵਿੱਚ। ਇਸ ਤੋਂ ਅਗਲੀ ਖਬਰ ਹੈਗੀ ਆ ਜੀ ਰੋਮਾ ਦੇ ਵਿੱਚ। ਰੋਮਾ ਦੇ ਵਿੱਚ ਰਾਤ ਇੱਕ ਹਾਦਸਾ ਹੋ ਗਿਆ, ਅਤੇ ਇਹ ਹਾਦਸਾ ਜਿਹੜਾ ਹੋਇਆ ਹੈ ਜੀ ਇੱਕ ਕਾਰ ਅਤੇ ਇੱਕ ਟਰੱਕ ਦੇ ਵਿਚਕਾਰ ਹੋਇਆ, ਇਹਦੇ ਵਿੱਚ ਇੱਕ ਬੰਦੇ ਦੀ ਜਾਨ ਚਲੀ ਗਈ। ਅਤੇ ਇਸ ਸਾਲ 2024 ਦੀ ਜੇਕਰ ਗੱਲ ਕਰੀਏ ਤਾਂ ਹੁਣ ਤੱਕ ਜਿਹੜੇ ਸੜਕਾਂ ਦੇ ਉੱਤੇ ਹਾਦਸੇ ਹੋਏ ਆ ਇਹਨਾਂ ਦੀ ਜਿਹੜੀ ਗਿਣਤੀ ਹੈਗੀ ਹੈ ਸਿਰਫ ਰੋਮਾ ਦੇ ਵਿੱਚ 70 ਲੋਕ ਜਾਨ ਗਵਾ ਚੁੱਕੇ ਆ ਆਪਣੀ ਸਿਰਫ ਰੋਮਾ ਇਲਾਕੇ ਦੇ ਵਿੱਚ ਇਹ ਸੜਕ ਹਾਦਸਿਆਂ ਤੋਂ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਆ ਜੀ ਰੋਮਾ ਦੇ ਵਿੱਚ ਹੀ ਇੱਕ ਹੋਰ ਅਪਡੇਟ ਆਈ ਹੈ, ਇਹਦੇ ਵਿੱਚ ਇੱਕ ਹੋਰ ਹਾਦਸਾ ਵਾਪਰਿਆ। ਇਹਦੇ ਵਿੱਚ ਕੀ ਹੋਇਆ ਜੀ ਜਿਹੜੇ ਫਿਨਾਂਸੀਅਰ ਜਿਹੜੀ ਹੁੰਦੀ ਆ ਪੁਲਿਸ, ਫਿਨਾਂਸੀਆ ਵਾਲੀ ਪੁਲਿਸ ਹੁੰਦੀ, ਤੁਸੀਂ ਦੇਖੀ ਹੋਣੀ ਉਹਨਾਂ ਦੀ ਗੱਡੀ, ਯੈਲੋ ਰੰਗ ਦੀ ਗੱਡੀ ਹੁੰਦੀ ਆ, ਕਾਲੀ ਯੈਲੋ ਪੱਟੀ ਹੁੰਦੀ ਉਸ ਦੇ ਉੱਤੇ ਲੱਗੀ ਹੋਈ। ਇਹ ਰੋਮਾ ਦੇ ਵਿੱਚ ਕੁਝ ਲੋਕ ਨਕਲੀ ਪੁਲਿਸ ਵਾਲੇ ਬਣ ਕੇ ਆਉਂਦੇ ਆ, ਦੱਸਿਆ ਜਾ ਰਿਹਾ ਤਕਰੀਬਨ ਇਹ ਜਿਹੜੇ ਆ 5 ਬੰਦੇ ਹੁੰਦੇ ਆ, ਅਤੇ ਇਹ ਕਿਸੇ ਅਮੀਰ ਬੰਦੇ ਦੇ ਘਰ ਜਾਂਦੇ ਆ ਜੀ, ਅਤੇ ਉਹਦੇ ਘਰ ਵਿੱਚ ਜਾ ਕੇ ਜਿਸ ਵਕਤ ਉਹਦੇ ਘਰ ਜਾਂਦੇ ਐਂਟਰ ਹੁੰਦੇ ਆ ਤਾਂ ਆਪ ਨੂੰ ਪਹਿਲਾਂ ਹੀ ਦੱਸਦੇ ਆ ਜੀ ਅਸੀਂ ਪੁਲਿਸ ਵਾਲੇ ਹਾਂ, ਫਿਨਾਂਸੀਆ ਵਾਲੇ ਹਾਂ, ਅਸੀਂ ਤੁਹਾਡੀ ਚੈਕਿੰਗ ਕਰਨ ਆਏ ਹਾਂ। ਅਤੇ ਉਹ ਜਿਹੜੇ ਹੁੰਦਾ ਆ ਬੰਦਾ ਉਸਨੇ ਇਹਨਾਂ ਨੂੰ ਦਰਵਾਜ਼ਾ ਖੋਲ੍ਹ ਕੇ ਅੰਦਰ ਵਾੜ ਲਿਆ, ਕਿ ਉਹ ਇੱਕ ਬਿਜ਼ਨਸਮੈਨ ਸੀਗਾ, ਸੋ ਓਬਵੀਅਸਲੀ ਉਹਦੇ ਕੋਲ ਪੈਸਾ ਸੀਗਾ, ਸੋ ਉਹਨੂੰ ਲੱਗਾ ਹੋਣਾ ਵੀ ਵਾਕਈ ਪੁਲਿਸ ਚੈਕਿੰਗ ਕਰਨ ਆਈ ਹੈ ਸ਼ਾਇਦ। ਜਦੋਂ ਇਹ ਬੰਦੇ ਉਹਦੇ ਅੰਦਰ ਵੜੇ ਆ ਜੀ ਅਤੇ ਉਸ ਬੰਦੇ ਦੇ ਕੋਲ ਜਿਸ ਵਕਤ ਉਹਦੇ ਘਰੇ ਗਏ ਆ ਅਤੇ ਉਹਦੇ ਕੋਲ ਮਹਿੰਗੀਆਂ ਘੜੀਆਂ ਵਗੈਰਾ ਕਾਫੀ ਅਮੀਰ ਸਮਾਨ ਉਹਨੇ ਆਪਣੇ ਘਰ ਦੇ ਵਿੱਚ ਰੱਖਿਆ ਹੋਇਆ ਸੀਗਾ, ਅਤੇ ਪੁਲਿਸ ਵਾਲੇ ਨਕਲੀ ਜਿਹੜੇ ਸੀਗੇ ਉਹਨਾਂ ਦੇ ਘਰੇ ਗਏ ਆ, ਜਿਸ ਵਕਤ ਉਹਨਾਂ ਦੇ ਘਰੇ ਗਏ ਆ ਅਤੇ ਅੰਦਰ ਜਾ ਕੇ ਇਹਨਾਂ ਨੇ ਆਪਣੇ ਹਥਿਆਰ ਕੱਢ ਲਏ, ਅਤੇ ਹਥਿਆਰ ਕੱਢ ਕੇ ਉਸ ਬੰਦੇ ਨੂੰ ਕਿਹਾ ਵੀ ਅਸੀਂ ਚੈਕਿੰਗ ਕਰ ਰਹੇ ਹਾਂ ਅਤੇ ਜਿਹੜਾ ਤੁਹਾਡਾ ਲੋਕਰ ਹੈ ਲੋਕਰ ਨੂੰ ਖੋਲ੍ਹੋ, ਅਤੇ ਧੱਕੇ ਦੇ ਨਾਲ ਲੋਕਰ ਖੁਲਾਇਆ ਆ ਅਤੇ ਜੋ ਵੀ ਅੰਦਰ ਸਮਾਨ ਸੀਗਾ ਮਹਿੰਗਾ ਸਾਰਾ ਕੁਝ ਇਹ ਚੋਰੀ ਕਰਕੇ ਲੈ ਗਏ। ਤਕਰੀਬਨ 2 ਲੱਖ ਯੂਰੋ ਦਾ ਸਮਾਨ ਸੀਗਾ ਬੰਦੇ ਦਾ ਘਰ ਦੇ ਵਿੱਚ ਲੋਕਰ ਵਿੱਚ ਪਿਆ ਹੋਇਆ, ਜਿਹੜਾ ਕਿ ਇਹ ਚੋਰੀ ਕਰਕੇ ਲੈ ਗਏ। ਸੋ ਇਸ ਚੀਜ਼ ਤੋਂ ਬਚਣ ਦੀ ਲੋੜ ਹੈ ਜੀ, ਇਸ ਤਰੀਕੇ ਦੇ ਨਾਲ ਵੀ ਇਟਲੀ ਵਿੱਚ ਚੋਰੀਆਂ ਹੋ ਰਹੀਆਂ, ਨਕਲੀ ਪੁਲਿਸ ਵਾਲੇ ਬਣ ਕੇ ਤੁਹਾਡੇ ਘਰ ਆਉਂਦੇ ਆ ਅਤੇ ਘਰ ਆ ਕੇ ਤੁਹਾਡਾ ਜੋ ਵੀ ਸਮਾਨ ਹੈਗਾ ਲੁੱਟ ਕੇ ਲਿਜਾ ਸਕਦੇ ਆ। ਸੋ ਇਸ ਚੀਜ਼ 'ਤੇ ਖਾਸ ਧਿਆਨ ਦੇਣ ਦੀ ਲੋੜ ਹੈ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹੋਰ ਵੀਰਾਂ ਤੱਕ, ਤਾਂ ਕਿ ਸਾਰਿਆਂ ਤੱਕ ਇਨਫੋਰਮੇਸ਼ਨ ਪਹੁੰਚੇ ਅਤੇ ਕੋਈ ਵੀ ਇਸ ਤਰੀਕੇ ਦੇ ਨਾਲ ਬੇਵਕੂਫ ਨਾ ਬਣ ਸਕੇ ਇਹਨਾਂ ਲੋਕਾਂ ਤੋਂ। ਕਿਉਂਕਿ ਇੱਕ ਚੀਜ਼ ਹੋ ਰਿਹਾ ਜੀ, ਜਿਹੜੇ ਲੋਕ ਲੁਟੇਰੇ ਆ ਇਹਨਾਂ ਨੂੰ ਵੀ ਪਤਾ ਵੀ ਇੰਡੀਅਨ ਜਿਹੜੀਆਂ ਫੈਮਿਲੀਜ਼ ਆ ਇੰਡੀਅਨ ਸੋਨੇ ਦੇ ਸ਼ੌਕੀਨ ਹੁੰਦੇ ਆ, ਲੋਕਾਂ ਨੂੰ ਪਤਾ ਹੁੰਦਾ ਵੀ ਇੰਡੀਅਨ ਲੋਕਾਂ ਦੇ ਘਰਾਂ ਦੇ ਵਿੱਚ ਸੋਨਾ ਪਿਆ ਹੁੰਦਾ, ਸੋ ਇਸ ਕਰਕੇ ਇਹ ਲੋਕ ਨਿਗਾਹ ਵੀ ਰੱਖਦੇ ਆ ਤੁਹਾਡੇ ਘਰਾਂ ਦੇ ਉੱਤੇ ਵੀ ਕਦੋਂ ਇਹ ਘਰ ਖਾਲੀ ਹੁੰਦਾ ਅਤੇ ਅਸੀਂ ਇਹਨਾਂ ਦੇ ਅੰਦਰ ਚੋਰੀ ਕਰੀਏ। ਸੋ ਇਸ ਕਰਕੇ ਇਸ ਚੀਜ਼ ਤੋਂ ਵੀ ਬਚਣ ਦੀ ਲੋੜ ਆ ਅਤੇ ਧਿਆਨ ਰੱਖਣ ਦੀ ਲੋੜ ਆ। ਬਾਕੀ ਇਹ ਹੈਗੀਆਂ ਜੀ ਆਪਣੇ ਅੱਜ ਦੀਆਂ ਕੁਝ ਨਵੀਆਂ ਤਾਜ਼ੀਆਂ ਅਪਡੇਟ, ਮਿਲਦੇ ਹਾਂ ਤੁਹਾਨੂੰ ਹੁਣ ਕੱਲ੍ਹ ਦੀਆਂ ਖਬਰਾਂ ਦੇ ਨਾਲ। ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਪਣੇ ਤਾਂ ਆਪਣੇ ਪਰਿਵਾਰ ਦਾ ਖਿਆਲ ਰੱਖਿਓ, ਤਦ ਲਈ ਸਾਰਿਆਂ ਦਾ ਧੰਨਵਾਦ। ਮਿਲਦੇ ਹਾਂ ਕੱਲ੍ਹ ਦੀਆਂ ਅਪਡੇਟ ਦੇ ਨਾਲ ਨੈਕਸਟ ਵੀਡੀਓ ਦੇ ਵਿੱਚ।